ਗੁਰਚਰਨ ਸਿੰਘ ਹੋਰੀ ਔਰ ਜਸਮੀਰ ਰਹਿਣਾ ਜਿਹੜਾ ਇੱਕ ਕੇਸ ਫਿਲਮ ਚ ਲੀਡ ਰੋਲ ਪਲੇ ਕਰ ਰਹੇ ਨੇ ਉਹ ਸਾਡੇ ਸਟੂਡੀਓ ਦੇ ਵਿੱਚ ਹੈ ਨਾ ਪਹਿਲਾਂ ਤੇ ਉਹਨਾਂ ਦਾ ਕਰੀਏ ਸਵਾਗਤ ਗੁਰਚਰਨ ਸਵਾਗਤ ਕਰਦੇ ਹਾਂ ਹਾਂਜੀ ਥੈਂਕ ਯੂ ਵੈਰੀ ਮੱਚ ਸਾਰੇ ਪ੍ਰਵਾਸੀ ਸਰੋਤੇ ਸੁਣਨ ਵਾਲੇ ਆਉਣ ਵੱਲੋਂ ਸਾਡੀ ਸਾਰੀ ਰੰਗ ਰਤਾ ਟੀਮ ਵੱਲੋਂ ਸਸ਼ੀਕਾਲ ਜੀ ਥੈਂਕ ਯੂ ਜੀ ਤੁਹਾਡਾ ਵੀ ਸਵਾਗਤ ਹੈ ਜੀ ਹਾਈ एवरीवन होप एवरीवन ਇਜ਼ ਹੈਵਿੰਗ ਐਨ ਅਮੇਜ਼ਿੰਗ ਡੇ ਥੈਂਕ ਯੂ ਸੋ ਮੱਚ ਫਾਰ ਕਮਿੰਗ ਟੂ ਆਵਰ ਸਟੂਡੀਓ ਅਚਾ ਗੁਰਚਰਨ ਕਿਵਰੀਆਂ ਲੱਗਦਾ ਜਿਦਾਂ ਮਾਂ ਨੇ 9 ਮਹੀਨੇ ਬਾਅਦ ਬੱਚੇ ਨੂੰ ਜਨਮ ਦੇਣਾ ਹੁੰਦਾ ਹੈ ਹਾਂਜੀ ਕਿੰਨੀਆਂ ਪੀ ਜੀ ਜੀ ਤਕਲੀਫ ਚੋਂ ਮਾਂ ਗੁਜ਼ਰਦੀ ਹੈ ਫਿਰ ਜਦੋਂ ਬੱਚਾ ਬਰੇਵਰੀ ਦੀ ਗੱਲ ਆਂਦੀ ਹੈ ਬੱਚੇ ਨੂੰ ਜਨਮ ਦਿਨ ਦੀ ਗੱਲ ਆ ਫਿਰ ਜਿਹੜੀ ਖੁਸ਼ੀ ਹੁੰਦੀ ਹੈ ਪੇਨ ਵੀ ਹੋ ਰਹੀ ਹੁੰਦੀ ਹੈ ਹਾਂਜੀ ਹਾਂਜੀ ਪਹਿਲੇ ਜਿਹੜਾ ਉਹ ਦਰਦ ਹੈ ਉਹ ਖੁਸ਼ੀ ਚ ਬਦਲ ਜਾਂਦਾ ਹੈ ਬਿਲਕੁਲ ਤੇ ਮੇਰੇ ਖਿਆਲ ਆ ਤੁਸੀਂ ਕਨਸੀਵ ਕੀਤਾ ਇਸ ਫਿਲਮ ਨੂੰ ਇਨਾ ਲੰਮਾ ਇੰਤਜ਼ਾਰ ਕੀਤਾ ਫਾਈਨਲੀ ਇਹ ਡ੍ਰੀਮ ਪੂਰਾ ਹੋ ਰਿਹਾ ਜੀ ਜੀ ਬਿਲਕੁਲ ਭਾਜੀ ਤੁਸੀਂ ਗੱਲੇ ਬਹੁਤ ਸੋਹਣੀ ਕਰ ਦਿੱਤੀ ਹੈ ਕੋਈ ਸ਼ਬਦ ਨਹੀਂ ਹੈਗਾ ਤੁਸੀਂ ਬਿੰਬ ਬਹੁਤ ਸੁਣਾ ਵਰਤੇ ਆ ਜੀ ਵਾਕਈ ਇਹ ਸਾਡਾ ਬੱਚਾ ਆ ਪਾਉ ਮਿਹਨਤ ਕੀਤੀ ਆ ਔਰ ਮਿਹਨਤ ਦੇ ਵਿੱਚ ਨਾ ਜੀ ਇੱਕ ਬਹੁਤ ਵੱਡੀ ਗੱਲ ਹੋਈ ਆ ਕਿ ਮੈਂ ਇਹ ਗੱਲ ਕਲੀਅਰ ਕਰ ਦੇਣਾ ਚਾਹੁੰਦਾ ਕਿ ਉਸ ਵਕਤ ਮੂਵੀ ਬਣੀ ਜਦੋਂ ਤੱਕ ਕੋਈ ਬੱਚਾ ਬੰਦਾ ਬਾਹਰ ਨਿਕਲੇ ਨਹੀਂ ਸਕਦਾ ਪ੍ਰੋਪਰ ਬੈਨ ਲੱਗ ਗਿਆ ਸੀ ਤੇ ਅਸੀਂ ਪਾਗਲ ਸੀ ਕਲਾਕਾਰ ਪਾਗਲ ਹੁੰਦੇ ਆ ਆਸ਼ਕ ਹੁੰਦੇ ਆ ਜੀ ਬੜੀਆਂ ਟਿਕਟਾਂ ਬੜੇ ਪੁਲਿਸ ਵਾਲਿਆਂ ਦੇ ਘੇਰੇ ਆ ਜੀ ਕਿਤੇ ਕਚਕ ਨੂੰ ਵੇਤੋ ਜੀ ਇੱਥੋਂ ਤੱਕ ਕਿ ਟਿੱਕ ਟਕ ਕੱਟੀ ਹੋਈ ਵੀ ਵਾਪਸ ਲੈ ਗਏ ਆ ਪੈਸ਼ਨ ਦੇ ਨਾਲ ਜੀ ਸੋ ਇਹ ਵਾਕਈ ਹੀ ਬਹੁਤ ਵੱਡੀ ਗੱਲ ਹੈ ਜੀ ਇਹ ਟੀਮ ਦੀ ਗੱਲ ਹੈ ਇਹ ਮੈਂ ਇਕੱਲਾ ਕੁਝ ਨਹੀਂ ਹੈਗਾ ਬਹੁਤ ਜ਼ਿਆਦਾ ਲੋਕ ਜੁੜੇ ਹੁੰਦੇ ਆ ਇਹ ਅਨਟਾਰੀਓ ਦੀ ਮੇਰੇ ਖਿਆਲ ਚ ਪਹਿਲੀ ਮੂਵੀ ਹੈ ਇਹ ਕੈਨੇਡਾ ਦੀ ਜਿਹੜੀ ਪੰਜਾਬੀ ਕੈਨੇਡੀਅਨ ਕੰਟੈਂਟ ਤੇ ਬਣੀ ਆ ਕੈਨੇਡਾ ਦੇ ਇਹ ਡਾਇਰੈਕਟਰ ਆ ਰਾਈਟਰ ਆ ਜਿਹੜੇ ਕੈਨੇਡਾ ਦਾ ਕਰੂ ਆ ਸਾਰੇ ਕੈਨੇਡੀਅਨ ਆ ਜੀ ਠੀਕ ਹੈ ਥੋੜੀ ਜਿਹੀ ਸ਼ੂਟਿੰਗ ਪੰਜਾਬ ਦੀ ਵੀ ਹੈ ਲੇਕਿਨ ਬਹੁਤੀ ਕਰਕੇ ਕੈਨੇਡਾ ਦੇ ਫਿਲਮ ਫਿਲਮ ਬਣੀ ਆ ਜਸਮੀਨਾ ਇੱਕ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਜਿਹੜੇ ਥੋੜੇ ਜਿ ਜਨੂਨੀ ਡਾਇਰੈਕਟਰ ਹੁੰਦੇ ਆ ਉਹਨਾਂ ਨਾਲ ਕੰਮ ਕਰਨਾ ਥੋੜਾ ਔਖਾ ਹੁੰਦਾ ਹੈ ਸੰਜੇ ਲੀਲਾ ਬੰਸਾਲੀ ਬਾਰੇ ਕਿਹਾ ਜਾਂਦਾ ਹੈ ਕਿ ਉਹ ਜਦ ਤੱਕ ਉਹਨੂੰ ਬੈਸਟ ਸ਼ਾਟ ਨਾ ਮਿਲ ਜਾਏ ਉਹ ਸੈਟੀਸਫਾਈ ਨਹੀਂ ਹੁੰਦਾ ਤਾਂ ਗੁਰਚਰਨ ਵਰਗੇ ਡਾਇਰੈਕਟਰ ਨਾਲ ਕੰਮ ਕਰਨਾ ਕਿੰਨਾ ਔਖਾ ਸੀ ਸ਼ੁਰੂ ਚ ਔਖਾ ਲੱਗਿਆ ਸੀਗਾ ਪਰ ਫਿਰ ਬਾਅਦ ਵਿੱਚ ਮੈਨੂੰ ਬਹੁਤ ਚੰਗਾ ਲੱਗਿਆ ਕਿਉਂਕਿ ਲਾਈਕ ਹੀ ਇਜ਼ ਅ ਰੀਲੀ ਗੁੱਡ ਹਾਰਟਿਡ ਪਰਸਨ ਐਂਡ ਹੀ ਇਜ਼ ਰੀਲੀ ਹੈਲਪਫੁਲ ਐਂਡ ਮੈਨੂੰ ਲਾਈਕ ਆਲ ਦਾ ਵੇ ਥਰੂ ਲਾਈਕ ਹੀ ਹੈਲਪ ਮੀ ਆਊਟ ਜਿੱਥੇ ਮੈਂ ਗਲਤ ਕਰਦੀ ਸੀ ਉਹ ਮੈਨੂੰ ਦੱਸਦੇ ਸੀਗੇ ਜਦੋਂ ਮੈਂ ਚੰਗਾ ਕਰਦੀ ਸੀ ਹੀ ਊਡ ਬੀ ਲਾਈਕ ਕੀਪ ਇਟ ਅਪ ਕੀਪ ਇਟ ਅਪ ਜਸਮਿਨ ਯੂ نو ਐਂਡ ਹੀ ਵਾਸ ਜਸਟ ਸੋ ਸਪੋਰਟਿਵ ਐਂਡ ਇਵਨ ਟਿਲ ਨਾਓ ਹੀ ਇਜ਼ ਲਾਈਕ ਰੀਲੀ ਸਪੋਰਟਿਵ ਐਂਡ ਹੀ ਇਜ਼ ਲਾਈਕ ਆਲਮੋਸਟ ਲਾਈਕ ਮਾਈ ਫੈਮਿਲੀ ਨਾਓ ਸੋ ਇਟਸ ਲਾਈਕ ਰੀਲੀ ਅਮੇਜ਼ਿੰਗ ਤੇ ਗੁਰਸ਼ਨ ਦੇ ਦੋਨੋਂ ਹੀ ਗੱਲਾਂ ਹੈ ਤੁਹਾਡੇ ਕੋਲ ਘੁੱਗੀ ਹੋਰਾ ਵਰਗੇ ਰੋਸ਼ਨ ਪ੍ਰਿੰਸ ਵਰਗੇ ਬੜੇ ਸੀਨੀਅਰ ਆਰਟਿਸਟ ਸਰਵੇਕਾਰ ਆਰਟਿਸਟ ਵਿਨਾ ਫਿਲਮ ਦੇ ਵਿੱਚ ਜੈਸਮਿਨ ਵਰਗੇ ਕਈ ਲੋਕਾਂ ਨੂੰ ਨਵਿਆਂ ਨੂੰ ਵੀ ਤੁਸੀਂ ਚਾਂਸ ਦਿੱਤਾ ਹੈ ਤੋਂ ਬੇਸਿਕਲੀ ਮਿਸ਼ਰਨ ਹੈ ਕਾਸ਼ ਦੇ ਜੀ ਬਿਲਕੁਲ ਜੀ ਤੋ ਕਿਸ ਤਰ੍ਹਾਂ ਲੱਗਾ ਸਰਦ ਸਰਵਾ ਬਹੁਤ ਫਿਲਮ ਇੱਕ ਆਪਣੇ ਆਪ ਦੇ ਵਿੱਚ ਤਜਰਬਾ ਜੀ ਕਿਵੇਂ ਉਹ ਬਣਦੀ ਹੈ ਉਹਦੀ ਇੱਕ ਡੈਸਟਨੀ ਹੈ ਜੀ ਸੋ ਮਹਾਵੀਰ ਭੱਲਰ ਜੀ ਇਸ ਬਿਗ ਨੇਮ ਇੰਡਸਟਰੀ ਦੇ ਹੈ ਜੀ ਮਹਾਵੀਰ ਭੱਲਰ ਯਾਦਗਰੇਵਾਲ ਨੀਤਾ ਮਹਿੰਦਰਾ ਜੀ ਰੋਸ਼ਨ ਪ੍ਰਿੰਸ ਦਲਜੋਤ ਜੈਸਮਿਨ ਰਾਣਾ ਗੁਰਪ੍ਰੀਤ ਕੋਗੀਪਾ ਜੀ ਇਹਨਾਂ ਨੇ ਸਭ ਨੇ ਹੀ ਨਿੱਟ ਕੇ ਕੰਮ ਕੀਤਾ ਜੀ ਬਹੁਤ ਦਿਲੋਂ ਕੰਮ ਕੀਤਾ ਹੈ ਤੇ ਬੇਸਿਕਲੀ ਇਹ ਹੈਗਾ ਕਿ ਟੀਮ ਵਰਕ ਹੈ ਜੀ ਜੀ ਤੇ ਮੈਂ ਇਹੀ ਗੱਲ ਕਹਿਣਾ ਕਿ ਜਿਵੇਂ ਹੁਣ ਅੱਜ ਮੈਂ ਇੱਥੇ ਆਇਆ ਆ ਆ ਕੇ ਮੈਂ ਤੁਹਾਡੇ ਤੁਸੀਂ 2 ਨੰਬਰ ਦਾ ਮੈਨੂੰ ਇਸ਼ਾਰਾ ਕੀਤਾ ਕਿ 2 ਨੰਬਰ ਪੇਜ ਖੋਲੋ ਪ੍ਰਵਾਸੀ ਦੇ ਉੱਪਰ ਸਾਡਾ ਪੋਸਟਰ ਲੱਗਿਆ ਹੋਇਆ ਮੈਂ ਅਕਸਰ ਤੁਹਾਡੇ ਕੋਲ ਆ ਜਾਂਦਾ ਹੁੰਦਾ ਸੀ ਕਿਉਂਕਿ ਮੇਰਾ ਹੋਮ ਟਾਊਨ ਆ ਭਾਜੀ ਮੇਰਾ ਪਰਿਵਾਰ ਆ ਜੀ ਤੇ ਪ੍ਰਵਾਸੀ মিডিਆ ਤੇ ਮੇਰੀ ਹਮੇਸ਼ਾ ਹੀ ਐ ਲਾਲੋ ਕੇ ਮੈਂ ਦਾਦਾਗਰੀ ਆ ਜਦੋਂ ਮਰਜ਼ੀ ਆ ਜਾਂਦਾ ਜਦੋਂ ਮਰਜ਼ੀ ਬੋਲ ਜਾਂਦਾ ਜਿੰਨਾ ਇੱਥੇ ਥੀਏਟਰ ਕੀਤਾ ਪਲੇ ਕੀਤਾ ਤੁਹਾਡੀ ਬਹੁਤ ਜ਼ਿਆਦਾ ਸਪੋਰਟ ਰਹੀ ਹੈ ਤੇ ਅੱਜ ਇਹ ਮੇਰੀ ਸਪੋਰਟ ਨਹੀਂ ਹੈਗੀ ਇਹ ਅੱਜ ਜਿਹੜੀ ਹੈਗੀ ਪੰਜਾਬੀ ਬੋਲੀ ਦੀ ਸਪੋਰਟ ਹੈ অন্ਟਾਰੀਓ ਪੱਲੀ ਮੂਵੀ ਹੈਗੀ ਆ ਕਿ ਜਿਹੜੀ ਇਸੇ ਕਰਕੇ ਜੀ ਵਰਲਡ ਵਾਈਡ 24 ਮਾਰਚ ਨੂੰ ਫਿਲਮ ਰਿਲੀਜ਼ ਹੋ ਰਹੀ ਆ ਪਰ ਇੱਥੇ 22 ਨੂੰ ਹੋ ਰਹੀ ਆ 22 ਕਿਉਂਕਿ ਇਹ ਅਨਟਾਰੀਓ ਦੀ ਰਿਕੁਆਇਰਮੈਂਟ ਆ ਵੀ ਸਾਡਾ ਕੰਟੈਂਟ ਪਹਿਲਾਂ ਅਨਟਾਰੀਓ ਦੇ ਵਿੱਚ ਹੋਣਾ ਚਾਹੀਦਾ ਆ ਠੀਕ ਹੈ ਤੇ ਸਿਨੇਮਾ ਸਪੇਸ ਉਦੋਂ ਦਿੰਦਾ ਆ ਜਦੋਂ ਤੁਸੀਂ ਘਰਾਂ ਚੋਂ ਬਾਹਰ ਨਿਕਲ ਕੇ ਜਾਂਦੇ ਆ ਅੱਜ ਅਸੀਂ ਪੰਜਾਬੀ ਸਿਨੇਮੇ ਨੂੰ ਅਸੀਂ 100 ਦਾ ਸਿਨੇਮਾ ਦੇਖਦੇ ਆ ਬਾਲੀਵੁੱਡ ਦਾ ਸਿਨੇਮਾ ਦੇਖਦੇ ਆ ਅਸੀਂ ਕੰਪੈਰੀਸ਼ਨ ਕਰਦੇ ਆ ਆਪ ਦੇ ਨਾਲ ਅੱਜ ਸਾਡੀ ਕੈਨੇਡਾ ਗਵਰਨਮੈਂਟ ਸਾਡੇ ਨਾਲ ਖੜ ਰਹੀ ਆ ਕਿ ਤੇ ਉਹ ਉਦੋਂ ਖੜੇਗੀ ਜਦੋਂ ਅਸੀਂ ਘਰਾਂ ਚ ਇਹ ਪੰਜਾਬੀ ਬੋਲੀ ਦੀ ਪੰਜਾਬੀ ਸਿਨੇਮੇ ਦੀ ਆਮਦ ਹੋ ਗਈ ਹੈ ਜੀ অন্ਟਾਰੀਓ ਦੇ ਵਿੱਚ ਸਾਨੂੰ ਮਾਨ ਹੈ ਇਸ ਗੱਲ ਦਾ ਕਿ ਸਾਡੀ ਟੀਮ ਨੇ ਸ਼ੁਰੂਆਤ ਕੀਤੀ ਹੈ थैंक यू वेरी मच ਚਲੋ ਜੀ ਜਦੋਂ ਅਸੀਂ ਪੀਫਾ अवार्ड ਸ਼ੋਅ ਕੀਤਾ ਸੀ ਮੇਰਾ ਉਦੋਂ ਡ੍ਰੀਮ ਸੀ ਕਿ ਕੈਨੇਡਾ ਦੇ ਵਿੱਚ ਅਸੀਂ ਉਹ ਹੱਬ ਕ੍ਰੀਏਟ ਕਰੀਏ ਪੰਜਾਬੀ ਸਿਨੇਮਾ ਦੀ ਇਸੇ ਕਰਕੇ ਅਵਾਰਡ ਇੱਥੇ ਕੀਤੇ ਸੀ ਸਭ ਤੋਂ ਪਹਿਲਾਂ ਕਿ ਪੰਜਾਬੀ ਫਿਲਮਾਂ ਦਾ ਜਿਹੜਾ ਫਿਊਚਰ ਹੈ ਉਹ ਬੜਾ ਬ੍ਰਾਈਟ ਹੈ ਕੈਨੇਡਾ ਦੇ ਵਿੱਚ ਜਿਸ ਤਰ੍ਹਾਂ ਔਰ ਹੁਣ ਪਿਛਲੇ 5-7 ਸਾਲਾਂ ਤੋਂ ਜਨੇ ਸਟੂਡੈਂਟ ਇੱਥੇ ਆਏ ਹੈ ਇੰਟਰਨੈਸ਼ਨਲ ਸਟੂਡੈਂਟ ਉਹ ਬੜਾ ਵੱਡਾ ਇੱਕ ਤੇਰ ਬਣ ਗਏ ਨੇ ਇਸ ਪੰਜਾਬੀ ਸਿਨੇਮਾ ਨੂੰ ਹੋਰ ਅੱਗੇ ਲਿਜਾਣ ਦੇ ਵਿੱਚ ਤੋਂ ਜੈਸਮੀਨ ਫਿਲਮ ਨੂੰ ਦੇਖਣਾ ਬਾਹਰੋਂ ਐਜ਼ ਏ ਦਰਸ਼ਕ ਤੁਸੀਂ ਫਿਲਮਾਂ ਦੇਖਦੇ ਰਹੇ ਹੋਗੇ ਕੋਈ ਫਿਲਮ ਦਾ ਹਿੱਸਾ ਬਣੇ ਹੋ ਸ਼ੂਟਿੰਗ ਕੀਤੀ ਹੈ ਇੰਟਾਇਰਲੀ ਡਿਫਰੈਂਟ ਐਕਸਪੀਰੀਅੰਸ ਰਿਹਾ ਹੋਏਗਾ ਹਾਂਜੀ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਸੀ। ਅਮ ਦ ਮੂਵੀ ਇਜ਼ ਰੀਲੀ ਰੀਲੀ ਗੁੱਡ ਬਹੁਤ ਡਿਫਰੈਂਟ ਤਰ੍ਹਾਂ ਦੀ ਮੂਵੀ ਹੈ ਪੰਜਾਬੀ ਮੂਵੀਆਂ ਤੋਂ ਹਟਕੇ ਆ ਤੇ ਰੋਮਾਂਟਿਕ ਮੂਵੀ ਹੈ ਤੇ ਸਾਰਿਆਂ ਨੂੰ ਬਹੁਤ ਪਸੰਦ ਆਉਗੀ। ਆਈ ਥਿੰਕ ਮਿਊਜ਼ਿਕ ਵੀ ਬੜਾ ਅੱਛਾ ਹੈ। ਯਾ ਦ ਮਿਊਜ਼ਿਕ ਇਜ਼ ਅਮੇਜ਼ਿੰਗ। ਅਮੇਜ਼ਿੰਗ ਆਈ ਰੀਲੀ ਲਵਡ ਦ ਮਿਊਜ਼ਿਕ ਐਂਡ ਅਮ ਈਵਨ ਦ ਵੇਅ ਮਿਊਜ਼ਿਕ ਵੀਡੀਓਜ਼ ਵੇਰ ਸ਼ਾਟ ਆਈ ਰੀਲੀ ਲਾਈਕ ਦ ਯੂ ਨੋ ਸਿਨੇਮាទੋਗ੍ਰਾਫੀ ਐਂਡ ਦ ਡੀਓਪੀ ਵਾਸ ਅਮੇਜ਼ਿੰਗ ਟੂ। ਇਹ ਉਹ ਬੱਚੇ ਆ ਜਿਹੜੇ ਹਾਲੀਵੁੱਡ ਦੀਆਂ ਸਿਨੇਮਾ ਜਾਂ ਬੈਸਟ ਸਿ ਇਹ ਗੱਲ ਕਹਿਣਾ ਚਾਹੁੰਦਾ ਕਿ ਕਿ ਇਹ ਇੱਥੋਂ ਦੀ ਕੁੜੀ ਹੈ ਜੀ ਜੀ ਤੇ ਇਹ ਪੰਜਾਬੀ ਨਾਲ ਜੁੜੀ ਹੈ ਸਾਡੇ ਲਈ ਮਾਣ ਵਾਲੀ ਗੱਲ ਹੈ ਬਿਲਕੁਲ ਠੀਕ ਤੇ ਜਦੋਂ ਅਸੀਂ ਇਹਨੂੰ ਅਸੀਂ ਪੰਜਾਬੀ ਨੂੰ ਜੇ ਡਿਵੈਲਪ ਕਰਨਾ ਸੀ ਮੈਂ ਡਿਵੈਲਪ ਕਰਨਾ ਤਾਂ ਸਾਨੂੰ ਘਰਾਂ ਚੋਂ ਬਾਹਰ ਨਿਕਲਣਾ ਪੈਣਾ ਇੱਥੋਂ ਤੱਕ ਕਿ ਵੀ ਮੇਰਾ ਦੋਸਤ ਕਮਰ ਗਰੇਵਾਲ ਅਸੀਂ ਬਹੁਤ ਜ਼ਿਆਦਾ ਥੀਏਟਰ ਕੀਤਾ ਹੈ ਜਦੋਂ ਅਸੀਂ ਸ਼ੁਰੂਆਤ ਮੈਂ ਥੀਏਟਰ ਕਰਦਾ ਹੁੰਦਾ ਸੀ ਕਮਰ ਗਰੇਵਾਲ ਮੈਂ ਨਾ ਪਲੇਬੈਕ ਸੰਗਰ ਹੁੰਦਾ ਸੀ ਸਾਡਾ ਬਹੁਤ ਪਿਆਰਾ ਸੀ ਬਹੁਤ ਲੰਮੀਆਂ ਕਦੇ ਫਿਰ ਲੰਬੀ ਚਰਚਾ ਕਰਨੀ ਹੈ ਤੁਹਾਡੇ ਨਾਲ ਬੈਠ ਕੇ ਪਰ ਉਸਨੇ ਅੱਜ ਤੱਕ ਰੋਮਾਂਟਿਕ Song ਨਹੀਂ ਗਾਇਆ ਪਹਿਲੀ ਵਾਰੀ ਉਸ ਦਾ ਟੂਨ ਜੋ ਦਾ ਰੋਮਾਂਟਿਕ ਸੌਂਗ ਜਸਬੀਰ ਜੱਸੀ ਦਾ ਚੁੰਮਕਾ ਜੀ ਸ਼ਿਪਰਾ ਗੋਲ ਤੇ ਰੋਸ਼ਨ ਪ੍ਰਿੰਸ ਦਾ ਵਾਰਸ ਦਾ ਗਾਣੇ ਬਹੁਤ ਸੋਹਣੇ ਐ ਇਸ ਫਿਲਮ ਦੇ ਜੀ ਕੀ ਬਾਤ ਹੈ ਜੀ ਇਹ ਫਿਲਮ ਜਿਹੜੀ ਹੈ ਇਹ 22 ਤਾਰੀਖ ਨੂੰ ਅੰਟਾਰੀ ਚ ਲੱਗਣ ਜਾ ਰਹੀ ਹੈ ਔਰ ਉਸ ਤੋਂ ਬਾਅਦ ਫਿਰ 24 ਤਾਰੀਖ ਨੂੰ ਵਰਲਡ ਵਾਈਡ ਇਹ ਫਿਲਮ ਜਿਹੜੀ ਹੈ ਇਹ ਰਿਲੀਜ਼ ਹੋ ਜਾਏਗੀ ਤੁਸੀਂ ਰੰਗ ਰੱਤਾ ਫਿਲਮ ਯਾਦ ਰੱਖ ਲਓ ਵੈਸੇ ਤੇ ਬਹੁਤ ਫਿਲਮ ਇਹ ਆਲਰੇਡੀ ਪ੍ਰੋਮੋਸ਼ਨ ਕਾਫੀ ਚੱਲ ਰਹੀ ਹੈ ਤਾਂ ਤੁਸੀਂ ਜਰੂਰ ਇਹ ਫਿਲਮ ਨੂੰ ਦੇਖਣਾ ਤੁਹਾਨੂੰ ਅਸੀਂ ਇਹ ਗੁਜ਼ਾਰਿਸ਼ ਕਰ ਰਹੇ ਹਾਂ ਰੰਗ ਰਤਾ ਬੜੀ ਅੱਛੀ ਫਿਲਮ ਬਣੀ ਹੈ ਗੁਰਚਰਨ ਸਿੰਘ ਹੋਰਾਂ ਨੇ ਡਾਇਰੈਕਟ ਕੀਤੀ ਹੈ ਔਰ ਇਸ ਫਿਲਮ ਦੇ ਜਿਹੜੇ ਕਹਿੰਦੇ ਨੇ ਜੀ ਵਨ ਆਫ ਦਾ ਪ੍ਰੋਡਿਊਸਰਸ ਉਹ ਵੀ ਸਾਡੇ ਨਾਲ ਨੇ ਤੇ ਮੈਂ ਚਾਹਾਂਗਾ ਹੁਣ ਥੋੜਾ ਜਿਹਾ ਉਹ ਤੁਹਾਡੇ ਕੈਮਰੇ ਸਾਹਮਣੇ ਆਣ ਇਹ ਉਹ ਸ਼ਖਸੀਅਤ ਨੇ ਜੀ ਇਹ ਹਸਾਂਦੇ ਆ ਤੁਹਾਨੂੰ ਇਹ ਦੇ ਵੈਰੀ ਪਪੂਲਰ ਸੈਲੀਬ੍ਰਿਟੀ ਨੇ ਮੈਂ ਕਿਹਾ ਥੈਂਕ ਯੂ ਸੋ ਮਚ ਸਾਡ ਨੂੰ ਇੱਥੇ ਬੁਲਾਉਣ ਦਾ ਹਾਂ ਤੇ ਮੈਨੂੰ ਬੜਾ ਮਾਣ ਹੈਗਾ ਤੇ ਇਹ ਦੋਨੋਂ ਇਹਨਾਂ ਨੇ ਇੰਨੀ ਵਧੀਆ ਮੂਵੀ ਬਣਾਈ ਹੈਗੀ ਐਂਡ ਕਾਸਟ ਇੰਨੀ ਵਧੀਆ ਹੈਗੀ ਡਾਇਰੈਕਸ਼ਨ ਇੰਨੀ ਵਧੀਆ ਸੀ ਤੇ ਆਪਣੇ ਘਰ ਦੀ ਬ੍ਰੈਂਪਟਨ ਵਿੱਚ ਮੋਸਟਲੀ ਸ਼ੂਟਿੰਗ ਹੋਈ ਹੈ ਤੇ ਹੋਪਫੁਲੀ ਸਾਰੇ ਆ ਕੇ ਦੇਖ ਸਕਣ ਸਾਨੂੰ ਪਿਆਰ ਦੇਣ ਤੇ ਮੂਵੀ ਨੂੰ ਤੁਸੀਂ ਆਪਣਾ ਕੰਮ ਕਰ ਦਿੱਤਾ ਹੁਣ ਦਰਸ਼ਕਾਂ ਦੇ ਉੱਤੇ ਹੈ ਕਿ ਉਹ ਕਿਸ ਤਰ੍ਹਾਂ ਹੁੰਗਾ ਹੰਗਾਰਾ ਦੰਦੇ ਹਾਂਜੀ ਸਹੀ ਗੱਲ ਇਹ ਇੱਕ ਮਾਣ ਜ਼ਰੂਰ ਹੁੰਦਾ ਜੀ ਆਪਣੇ ਘਰ ਦੇ ਵਿੱਚ ਸ਼ੇਅਰ ਹੁੰਦਾ ਨਾ ਜਿਵੇਂ ਬੰਦਾ ਜੀ ਇਹ ਮੇਰਾ ਘਰ ਆ ਹੋਮ ਟਾਉਨ ਆ ਜੀ ਇਹ ਮਾਣ ਆ ਇਸ ਗੱਲ ਦਾ ਕੋਵਿਡ ਦੇ ਵਿੱਚ ਜਦੋਂ ਪੁਲਿਸ ਆਂਦੀ ਸੀ ਸਾਨੂੰ ਕੁਝ ਨਹੀਂ ਕਰ ਪਾਈ ਉਹਨਾਂ ਨੇ ਸਾਡਾ ਪੈਸ਼ਨ ਦੇਖਿਆ ਦੇ ਗਿਫਟ ਥੰਬਸ ਅਪ ਜੀ ਸੋ ਇਹ ਸਾਨੂੰ ਮਾਣ ਜੇ ਸਾਨੂੰ ਘਰ ਦੇ ਵਿੱਚ ਸਾਨੂੰ ਮੈਂ ਚਾਹਨਾ ਕਿ ਕਿ ਵੀ ਬ੍ਰੈਮਟਨ ਦੇ ਵਿੱਚ ਸਾਨੂੰ ਇੱਕ ਵਾਰੀ ਪੂਰੀ ਤਰ੍ਹਾਂ ਨਾਲ ਭਰਮਾ ਹੰਗਾਰਾ ਮਿਲਣਾ ਚਾਹੀਦਾ ਜਿਵੇਂ ਅਸੀਂ ਆਪਣੇ ਪਰਿਵਾਰ ਦੇ ਵਿੱਚ ਪਰਿਵਾਰ ਨੂੰ ਲੈ ਕੇ ਪ੍ਰਵਾਸੀ ਮੀਡੀਆ ਦੇ ਵਿੱਚ ਆਏ ਆ ਸਾਡਾ ਘਰ ਆ ਸਾਡਾ ਪ੍ਰਵਾਸੀ ਮੀਡੀਆ ਵੀ ਸਾਡਾ ਬਹੁਤ ਇਸ ਵਕਤ ਦੇਖ ਰਿਹਾ ਉਹਨਾਂ ਦਾ ਧੰਨਵਾਦ ਤੇ ਸਾਡਾ ਮਾਨ ਵਧਾਓ ਜੀ ਅਸੀਂ ਆ ਨਵੇਂ ਬੱਚੇ ਉੱਠ ਰਹੇ ਆ ਅਸੀਂ ਚੰਗਾ ਸਿਨੇਮਾ ਲੈ ਕੇ ਆਈਏ ਸੋ ਮੈਂ ਜਿਹੜਾ 22 ਤਰੀਕ ਨੂੰ ਇੱਥੇ ਹੋ ਰਿਹਾ ਸੀ ਹਰ ਸ਼ੋਅ ਦੇ ਵਿੱਚ ਅਸੀਂ ਬਾਹਰ ਮਿਲਾਂਗੇ ਤੁਹਾਨੂੰ ਇਸ ਗੱਲ ਦਾ ਵਾਅਦਾ ਹੈ ਜੀ ਸਾਰੀ ਸਟਾਰ ਕਾਸਟ ਸੋ ਤੁਸੀਂ ਆਪਣੀਆਂ ਟਿਕਟਾਂ ਬੁੱਕ ਕਰਕੇ ਪਹਿਲੀ ਸਾਨੂੰ ਮਾਨ ਦੇਵੋ ਕਿ ਸਾਡੀ ਜਿਹੜੀ ਪੰਜਾਬੀ ਸਿਨੇਮਾ ਦੇਖਣ ਵਾਲੀ ਆਡੀਅנס ਆ ਉਹ ਪਿੱਛੇ ਨਹੀਂ ਹੈਗੀ ਬਹੁਤ ਅਗਾ ਹੈ ਜੀ ਚਲੋ ਜੀ ਮੈਂ ਵੀ ਜਾਂਦੇ ਤੇ ਦੱਸ ਦਵਾਂ ਕਿ ਅਸੀਂ ਵੀ ਤੁਹਾਡੇ ਲਈ ਵਿਸਾਖੀ 2023 ਇੱਕ ਸ਼ੋਅ ਲੈ ਕੇ ਆ ਰਹੇ ਆ ਅਫਸਾਨਾ ਖਾਨ ਤੇ ਨਾਲੇ ਗੁਰਸਿੱਧੂ ਔਰ ਮੈਨੂੰ ਖੁਸ਼ੀ ਹੈ ਕਿ ਗੁਰਚਰਨ ਹੋਰਾਂ ਨੇ ਇਹਨਾਂ ਦੀ ਸਾਰੀ ਟੀਮ ਨੇ ਸਾਡੇ ਨਾਲ ਜੁੜ ਗਏ ਨੇ ਔਰ ਇਹ ਸਾਨੂੰ ਸਪੋਰਟ ਕਰਨਗੇ ਅਸੀਂ ਇਹਨਾਂ ਨੂੰ ਸਪੋਰਟ ਕਰਾਂਗੇ ਇਹ ਸਾਡਾ ਇੱਕ ਦੂਜੇ ਨਾਲ ਵਾਦਾ ਹੈ ਤੇ ਤੁਹਾਨੂੰ ਅਸੀਂ ਫਿਰ ਬੇਨਤੀ ਕਰ ਰਹੇ ਹਾਂ ਕਿ ਰੰਗ ਰੱਤਾ ਫਿਲਮ ਬੜੀ ਕਮਾਲ ਦੀ ਫਿਲਮ ਬਣੀ ਹੈ ਇਹਦੇ ਟ੍ਰੇਲਰ ਦੇਖੋ ਤੁਸੀਂ ਆਲਰੇ ਟ੍ਰੇਲਰ ਆ ਚੁੱਕਾ ਹੈ ਕਾਫੀ ਸਾਰੇ ਸੌਂਗ ਰਿਲੀਜ਼ ਕਰ ਦਿੱਤੇ ਆ ਔਰ 22 ਤਾਰੀਖ ਨੂੰ ਅੰਟਾਰੀਓ ਚ 24 ਤਾਰੀਖ ਨੂੰ ਵਰਲਡਵਾਈਡ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਸਾਡੇ ਕੋਲ 60 ਸੈਕਿੰਡ ਦਾ ਸਮਾਂ ਹੈ ਸਾਨੂੰ ਤਿੰਨਾਂ ਨੂੰ ਮੇਰੀ ਬੇਨਤੀ ਇੱਕ ਸ਼ਬਦ ਕੀ ਕਹਿਣਾ ਚਾਹੁੰਦਾ ਬਸ ਅ ਅਸੀਂ ਜੋ ਕਰਨਾ ਚਾਹੀਦਾ ਉਹ ਕਰ ਦਿੱਤਾ ਤੁਹਾਡੀ ਉਡੀਕ ਹੋਊਗੀ ਅਸੀਂ ਤੁਹਾਡੀ ਬੇਸਬਰੀ ਨਾਲ ਇੰਤਜ਼ਾਰ ਕਰਾਂਗੇ ਜੀ ਮੈਂ ਕਹਿੰਦਾ ਪਲੀਜ਼ ਆਣਾ ਸਾਨੂੰ ਸਪੋਰਟ ਕਰਨਾ ਆਪਣੇ ਸਾਡੇ ਘਰ ਦੀ ਬੇਟੀ ਹੈਗੀ ਆਪਣਾ ਰਾਣਾ ਜੀ ਤੇ ਪਲੀਜ਼ ਕਮ ਆਊਟ ਸਪੋਰਟ ਅਸ ਐਂਡ ਇੰਜੋਏ ਦ ਮੂਵੀ ਠੀਕ ਹੈ ਰਾਣਾ ਜੀ Um I'm really hoping that everyone loves the film and supports me in my debut film and yeah it's a really amazing movie romantic film and you guys will really enjoy it. ਬਿਲਕੁਲ ਠੀਕ ਹੈ ਜੀ ਸਾਰੀ ਸਟਾਰ ਕਾਸਟ ਬੜੀ ਐਕਸਾਈਟਡ ਹੈ ਇਹ ਫਿਲਮ ਬੰਦੇ ਬੰਦਿਆਂ ਕਾਫੀ ਸਮਾਂ ਲੱਗਾ ਵਿੱਚ ਕੋਵਿਡ ਵੀ ਆ ਗਿਆ ਲੇਕਿਨ ਸਲੂਟ ਹੈਟਸ ਆਫ ਟੂ ðiਸ ਗਾਇਜ਼ ਇਨਨੇ ਹਿੰਮਤ ਨਹੀਂ ਹਾਰੀ ਫਿਲਮ ਮੁਕੰਮਲ ਨਹੀਂ ਕੀਤੀ ਬਲਕੇ ਹੁਣ ਫਿਲਮ ਰਿਲੀਜ਼ ਤੇ ਆ ਗਈ ਹੈ ਇਸ ਸਟੇਜ ਤੇ ਆ ਗਈ ਹੈ ਹੁਣ ਤੁਹਾਡੇ ਹੱਥ 'ਵੱਸ ਹੈ ਇਹਨਾਂ ਨੂੰ ਸਪੋਰਟ ਕਰੋ ਇਹ ਤੁਹਾਨੂੰ ਅਸੀਂ ਵੀ ਅਪੀਲ ਕਰਦੇ ਆ ਥੈਂਕ ਯੂ ਸੋ ਮਚ ਫਾਰ ਕਮਿੰਗ ਐਂਡ ਇੰਜੋਏ ਦਾ ਟ੍ਰੇਲਰ ਆਫ ਦਿਸ ਮੂਵੀ